ਕਈ ਵਾਰੀ ਮੈਂ ਸੋਚਦਾ ਆ ਡਾਲਰਾਂ ਦੀ ਕਿੰਨੀ ਕੀਮਤ ਚੁਕਾਉਣੀ ਪੈਂਦੀ ਆ। ਹਰ ਉਹ ਕੀਮਤੀ ਚੀਜ਼ ਜਿਹੜੀ ਦਿਲ ਦੇ ਬੇਹੱਦ ਕਰੀਬ ਹੋਵੇ ਉੱਥੇ ਛੱਡ ਕੇ ਆਉਣੀ ਪੈਂਦੀ ਆ। ਕਿੰਨੀਆਂ ਖੁਸ਼ੀਆਂ ਨੇ ਜਿਹੜੀਆਂ ਆਪਣਿਆਂ ਨਾਲ ਸਾਂਝੀਆਂ ਨਹੀਂ ਕਰ ਹੁੰਦੀਆਂ, ਕਿੰਨੇ ਦੁੱਖ ਆ ਜਿਹੜੇ ਵੰਡਾਏ ਨਹੀਂ ਜਾਂਦੇ। ਕੋਸ਼ਿਸ਼ ਇਹੀ ਹੁੰਦੀ ਆ ਮਨ ਕੈੜਾ ਰੱਖੀਏ, ਪਰ ਹਰ ਵਾਰੀ ਮਨ ਸਮਝਾਏ ਨਹੀਂ ਜਾਂਦੇ। ਬਹੁਤ ਕੁਛ ਕਰਨਾ ਹਜੇ ਤਾਂ ਤੂੰ, ਇਹ ਸੋਚ ਕੇ ਬੰਦਾ ਆਪਣੇ ਆਪ ਨਾਲ ਲੜਦਾ ਜ਼ਰੂਰ ਆ। ਘਰੋਂ ਚਾਹੇ ਕੋਈ ਖਬਰ ਚੰਗੀ ਆਵੇ ਚਾਹੇ ਮਾੜੀ ਆਵੇ, ਇੱਕ ਵਾਰੀ ਮਨ ਭਰਦਾ ਜ਼ਰੂਰ ਆ। ਸੋਚਿਆ ਨਹੀਂ ਸੀ ਇਹ ਸਫ਼ਰ ਇੰਨਾ ਔਖਾ ਹੋਊ, ਪਰ ਸ਼ੁਕਰ ਆ ਮਜਬੂਰੀਆਂ ਦਾ ਜਿਨ੍ਹਾਂ ਕਰਕੇ ਮੈਂ ਰੁਕਿਆ ਨਹੀਂ। ਅਫਸੋਸ ਜ਼ਰੂਰ ਆ ਵੀ ਆਹ ਦੌੜ 'ਚ ਕਈ ਆਪਣੇ ਪਿੱਛੇ ਰਹਿ ਗਏ, ਪਰ ਮਾਣ ਇਹ ਗੱਲ ਦਾ ਹਾਲਾਤਾਂ ਅੱਗੇ ਮੈਂ ਝੁਕਿਆ ਨਹੀਂ। ਬਹੁਤ ਨਵੇਂ ਵੀ ਮਿਲੇ ਆ ਇੱਥੇ ਅਤੇ ਕਈ ਆਪਣੇ ਵੀ ਪਰਾਏ ਹੋਏ ਆ। ਇਹ ਗੱਲ ਮੇਰੀ ਇਕੱਲੇ ਦੀ ਨਹੀਂ, ਇਹ ਵੇਲੇ ਹਰੇਕ ਸਟੂਡੈਂਟ ਨੇ ਹੰਢਾਏ ਹੋਏ ਆ। ਬਹੁਤ ਕੁਛ ਖੋਇਆ ਹੈ ਜ਼ਿੰਦਗੀ ਨੇ ਅਤੇ ਬਹੁਤ ਕੁਛ ਸਿਖਾਇਆ ਵੀ ਆ। ਬਹੁਤ ਖੁਸ਼ੀਆਂ ਵੀ ਮਿਲੀਆਂ ਨੇ ਅਤੇ ਕਈ ਵਾਰ ਰਵਾਇਆ ਵੀ ਆ। ਪਰ ਜੇ ਕੁੱਲ ਮਿਲਾ ਕੇ ਸਿੱਟਾ ਕੱਢੀਏ ਤਾਂ ਕਰਜ਼ਦਾਰੀਆਂ ਇਹਨਾਂ ਮੁਲਕਾਂ ਦੇ, ਜਿਨ੍ਹਾਂ ਨੇ ਉੱਥੇ ਰੁਲਦਿਆਂ ਨੂੰ ਰੁਜ਼ਗਾਰ ਦਿੱਤੇ ਅਤੇ ਸੁਪਨਿਆਂ ਲਈ ਲੜਨ ਜੋਗਾ ਕੀਤਾ। ਮੁੱਕਦੀ ਗੱਲ ਆ, ਆਸਟ੍ਰੇਲੀਆ ਦਾ ਦੇਣਾ ਨਹੀਂ ਦੇ ਹੋਣਾ ਕਦੇ। ਇਹ ਨਹੀਂ ਜੱਸੋਵਾਲੀਆ ਪੈਰਾਂ 'ਤੇ ਖੜਨ ਜੋਗਾ ਕੀਤਾ, ਇਹ ਨਹੀਂ ਜੱਸੋਵਾਲੀਆ ਪੈਰਾਂ 'ਤੇ ਖੜਨ ਜੋਗਾ ਕੀਤਾ। ਮਿਹਰਬਾਨੀ ਬਾਈ।